102 ਸਾਲ ਬੋਲਿਆ ਉੱਥੇ, ਕਿਉਂਕਿ ਆਈਡੀਏ ਨਾਲ ਹੀ ਗੱਲ ਕਰਦੇ ਸੀਗੇ ਵੀ 100 ਸਾਲ ਹੋ ਗਿਆ, 99 ਸਾਲ ਹੋ ਗਏ, 101 ਹੋ ਗਿਆ, 102 ਹੋ ਗਏ। ਔਰ ਫਿਰ ਸੁਰਿੰਦਰਪਾਲ ਭਾਜੀ ਨੇ ਜਦੋਂ ਬੋਲੇ ਉਹ ਤਾਂ 102 ਸਾਲ ਉੱਤੇ ਉਹਨਾਂ ਨੇ ਬੋਲਿਆ, ਮੈਂ ਵੀ ਉਹੀ ਲੜੀ ਫੜ ਲਈ। ਪਰ ਨਾ ਤਾਂ ਕਦੇ ਮਹਾਰਾਜ ਨੇ ਦੱਸਿਆ ਸੀ ਸਾਨੂੰ ਕਿ ਵੀ ਕਿੰਨੇ ਸਾਲ ਹੋ ਗਏ। ਆ ਜਨਮ ਦਿਨ ਦਾ ਜ਼ਰੂਰ ਸੀ ਕਿ ਵਿਸਾਖ ਦੀ ਪੂਰਨਮਾਸੀ ਨੂੰ ਸਾਡਾ ਜਨਮ ਹੋਇਆ, ਇਹ ਜ਼ਰੂਰ ਕਿਹਾ ਕਰਦੇ ਸੀ ਉਹ। ਹੁਣ ਸੰਗਤ ਜੀ, ਮੈਂ ਤਾਂ ਪਹਿਲਾਂ ਸ੍ਰੀ ਵਾਸਦੇਵ ਭੁੰਬਲਾ ਜੀ ਨੂੰ ਉਹਨੂੰ ਕੀ ਕਹਾਂ ਮੈਂ, ਜੇ ਮੈਂ ਕਹਿਤਾ ਮੈਂ ਨਮਸਕਾਰ ਕਰਦਾ ਤਾਂ ਉਹ ਵੀ ਨਾਰਾਜ਼ ਹੋ ਜੂਗਾ, ਔਰ ਤੁਸੀਂ ਵੀ ਕਹੋਗੇ ਸੰਤ ਕੀ ਕਹਿੰਦੇ ਆ। ਪਰ ਮੈਂ ਉਹਦੀ ਮਿਹਨਤ ਨੂੰ, ਉਹਦੇ ਉਪਰਾਲੇ ਨੂੰ, ਉਹਦੇ ਉੱਦਮ ਨੂੰ, ਉਹਨੂੰ ਜ਼ਰੂਰ ਨਮਸਕਾਰ ਕਰਨੀ ਪਊਗੀ ਕਿ ਇਹਨੇ ਬਹੁਤ ਉਪਰਾਲਾ ਕੀਤਾ। ਮਹਾਰਾਜ ਸ੍ਰੀ ਦਾ ਜਨਮ ਜਿਹੜਾ ਹੋਇਆ ਉਹਨੂੰ ਲੱਭਣ ਦੀ ਖਾਤਰ ਤਾਂ ਉਰਦੂ ਦੇ ਵਿੱਚ ਲਿਖਿਆ ਹੋਇਆ ਟੇਵਾ ਜਿਹੜਾ ਹੈ ਉਹ ਮਿਲ ਗਿਆ ਇਹਨੂੰ। ਉਹਦੇ ਵਿੱਚ 7 ਮਈ 1917 ਦਾ ਉਹਨਾਂ ਦਾ ਜਨਮ ਹੈ, 7 ਮਈ 1917। ਤਾਂ 1917 7 ਮਈ ਨੂੰ ਇਹ ਵਿਸਾਖ ਦੀ ਪੂਰਨਮਾਸੀ ਸੀ, ਪੂਰਨਮਾਸੀ ਸੀ। ਔਰ ਗਰੀਬਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ, ਧਿਆਨ ਦਿਓ ਜਰਾ ਸਾਰੇ, ਹੁਣ ਫੇਰ ਕਰ ਲਿਓ ਗੱਲਾਂ, 1717 ਵਿੱਚ, ਔਰ ਇਹਨਾਂ ਦਾ ਹੋਇਆ 1917 ਵਿੱਚ। ਤਾਂ ਰਾਈਟ ਸਹੀ 200 ਸਾਲ ਬਾਅਦ ਇਹਨਾਂ ਦਾ ਇਸ ਰੱਤੇਵਾਲ ਧਾਮ 'ਚ ਉਸ ਸੁਲੱਖਣੀ ਮਾਤਾ ਦੇ ਕੁੱਖ ਤੋਂ ਜਨਮ ਹੋਇਆ, ਜਿਹਨੇ ਤਪੱਸਿਆ ਕਰੀ ਹੋਊ ਪਤਾ ਨਹੀਂ ਕਿੰਨੇ ਜਨਮ, ਤਾਂ ਉਸ ਮਾਤਾ ਨੂੰ ਇਹੋ ਜਿਹੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਪਰਮੇਸ਼ਵਰ ਰੂਪ ਕਿਸੇ ਦੇ ਗਰਭ ਤੋਂ ਜਨਮ ਲੈਂਦਾ। ਤਾਂ 1717 ਤੋਂ 1917 ਵਿੱਚ 200 ਸਾਲ ਬਾਅਦ ਸਵਾਮੀ ਗੰਗਾਨੰਦ ਜੀ ਮਹਾਰਾਜ ਜੀ ਇਸ ਨਗਰ ਵਿੱਚ ਆ ਕੇ ਉਹਨਾਂ ਦਾ ਆਗਮਨ ਹੋਇਆ। ਤਾਂ ਉਹਨਾਂ ਨੂੰ 107 ਸਾਲ ਹੋ ਗਏ ਅੱਜ ਪੂਰੇ, 107 ਸਾਲ, ਔਰ ਗਰੀਬਦਾਸ ਮਹਾਰਾਜ ਜੀ ਨੂੰ ਹੋ ਗਏ 307 ਸਾਲ। ਅਗਲੇ ਸਾਲ ਗਰੀਬਦਾਸ ਮਹਾਰਾਜ ਜੀ ਦਾ 308ਵਾਂ ਸਾਲ ਔਰ ਧੰਨ ਧੰਨ ਸਵਾਮੀ ਗੰਗਾਨੰਦ ਮਹਾਰਾਜ ਜੀ ਦਾ 108ਵਾਂ ਸਾਲ। ਤਾਂ 108 ਅਖੰਡ ਪਾਠ ਅੱਜ ਅਨਾਊਂਸ ਹੋ ਗਿਆ। ਹੁਣ ਆਪਣੇ ਬੱਚਿਆਂ ਨੂੰ ਪਾਠੀ ਬਣਾਓ ਫਟਾਫਟ, 500 ਪਾਠੀ ਚਾਹੀਦਾ। ਜੇ 500 ਹੋ ਗਿਆ ਤਾਂ ਇੱਕੋ ਵਾਰਾ ਪ੍ਰਕਾਸ਼ ਕਰਕੇ ਰਿਕਾਰਡ ਕਾਇਮ ਕਰਨਾ, ਗਰੀਬਦਾਸੀ ਪਰੰਪਰਾ 'ਚ ਜਿਵੇਂ ਧੰਨ ਧੰਨ ਸਵਾਮੀ ਗੰਗਾਨੰਦ ਮਹਾਰਾਜ ਜੀ ਨੇ ਪਾਠਾਂ ਦਾ ਰਿਕਾਰਡ ਪੈਦਾ ਕੀਤਾ, ਅੱਜ ਉਹਨਾਂ ਦਾ ਦੁਨੀਆਂ ਵਿੱਚ ਡੰਕਾ ਵੱਜਦਾ ਕਿ ਜਿੰਨੇ ਮਹਾਰਾਜ ਗੰਗਾਨੰਦ ਜੀ ਨੇ ਪਾਠ ਕੀਤੇ ਇੰਨੇ ਕੋਈ ਕਰ ਨਹੀਂ ਸਕਦਾ। ਤਾਂ ਅੱਜ ਉਸ ਚੀਜ਼ ਨੂੰ ਆਪਾਂ ਉਹਨਾਂ ਦੇ ਉਸ ਕਮਾਈ ਨੂੰ ਉੱਚਾ ਲੈ ਕੇ ਜਾਣਾ ਹੈ। 108 ਅਖੰਡ ਪਾਠ, ਜਗ੍ਹਾ ਬਥੇਰੀ ਹੈ, ਆ ਸਾਰੇ ਦੋਨੇ ਹਾਲ ਪਏ ਨੇ,
ਪਰ ਤੁਸੀਂ ਬੱਚੇ ਆਪਣੇ ਪਾਠੀ ਬਣਾਓ। 840 ਪਾਠੀ ਬਣਾਉਣੇ, 540 ਪਾਠੀ, 350 ਹੋ ਗਏ, 200 ਹੋਰ ਬਣਾਉਣਾ। 200 ਪਾਠੀ ਤੁਸੀਂ ਆਪਣੇ ਬੱਚਿਆਂ ਨੂੰ ਲਾਓ ਤਾਂ ਕਿ ਅਗਲੇ ਸਾਲ ਇੱਕੋ ਸਿਫਟ ਦੇ ਵਿੱਚ 108 ਅਖੰਡ ਪਾਠ ਕਰਕੇ ਇਹ ਗਰੀਬਦਾਸੀ ਸੰਪਰਦਾਇ ਦੇ ਵਿੱਚ ਧੰਨ ਧੰਨ ਸਵਾਮੀ ਗੰਗਾਨੰਦ ਜੀ ਦੇ ਨਾਮ ਦਾ ਡੰਕਾ ਵਜਾਉਣਾ ਹੈ। ਬੋਲੋ ਬੰਦੀ ਛੋੜ ਮਹਾਰਾਜ ਧੰਨ।